ਮੈਂ ਖੁਦ ਫਾਰਮਰ ਫੈਮਿਲੀ ਤੋਂ ਬਿਲੋਂਗ ਕਰਦਾ ਮੈਨੂੰ ਐਂ ਲੱਗਦਾ ਕਿ ਜਿਹੜਾ ਬਹੁਤ ਟਾਈਮ ਹੋ ਗਿਆ ਹੁਣ ਸਾਰਿਆਂ ਮਤਲਬ ਕਿਸੇ ਇੱਕ ਲੈਵਲ 'ਤੇ ਆ ਕੇ ਸਾਰਾ ਕੁਝ ਸੋਲਵ ਹੋ ਜਾਣਾ ਚਾਹੀਦਾ ਮੇਰੇ ਡੈਡ ਦੋ ਵਾਰ ਜਾ ਚੁੱਕੇ ਨੇ ਉੱਥੇ ਦੋ ਤਿੰਨ ਵਾਰ ਜਾ ਕੇ ਪ੍ਰੋਟੈਸਟ 'ਤੇ ਜਾਓ ਕਦੇ ਤੁਸੀਂ ਹਾਰ ਨਹੀਂ ਮਰੇ ਐਕਟਿੰਗ ਸਿੰਗਿੰਗ ਅਤੇ ਸਪੋਰਟਸ ਇਹ ਤਿੰਨਾਂ 'ਚ ਕੋਈ ਮਾਹਰ ਹੋਵੇ ਇੱਦਾਂ ਘੱਟ ਵੱਧ ਹੀ ਹੁੰਦਾ ਬਟ ਅੱਜ ਸਾਡੇ ਨਾਲ ਸਪੈਸ਼ਲ ਗੈਸਟ ਹੈ ਜੋ ਇਹਨਾਂ ਤਿੰਨਾਂ ਜਿਹਨੂੰ ਕਹਿੰਦੇ ਏਰੀਆ 'ਚ ਮਾਹਰ ਨੇ ਥੈਂਕ ਯੂ ਵੈਰੀ ਮੱਚ ਵੈਲਕਮ ਟੂ ਦਿ ਸ਼ੋਅ ਥੈਂਕ ਯੂ ਜੀ ਥੈਂਕ ਯੂ ਫੋਰ ਹੈਵਿੰਗ ਅਤੇ ਆਪਾਂ ਐਕਟਿੰਗ ਅਤੇ ਸਿੰਗਿੰਗ ਦੀ ਗੱਲ ਕਰਾਂਗੇ ਪਰ ਅੱਜ ਆਪਾਂ ਬੜੇ ਸਪੋਰਟੀ ਟਾਈਪ ਦੇ ਮਾਹੌਲ 'ਚ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਫੈਨਸ ਜਿਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਤੁਹਾਡੀ ਸਪੋਰਟਿੰਗ ਬੈਕਗਰਾਉਂਡ ਦਾ ਉਹ ਥੋੜ੍ਹਾ ਜਿਹਾ ਦੱਸੋ ਪਹਿਲਾਂ ਫਸਟ ਥਿੰਗ ਜਿਹੜੀ ਮਾਈਂਡ ਸੀਗੀ ਕਿ ਕ੍ਰਿਕਟਰ ਹੀ ਬਣਨਾ ਇੰਡੀਆ ਦੀ ਟੀਮ 'ਚ ਖੇਡਣਾ ਸ਼ੁਰੂ ਤੋਂ ਹੀ ਮਤਲਬ ਮੈਂ 10 ਸਾਲ ਕ੍ਰਿਕਟ ਖੇਡਿਆ ਸਟਾਰਟਡ 12 ਸਾਲ ਦੀ ਉਮਰ 'ਚ ਸਟਾਰਟ ਕੀਤਾ ਸੀਗਾ ਛੱਡਿਆ 22 ਸਾਲ ਦੀ ਉਮਰ ਇਹੀ ਹੈ ਮੇਰਾ ਬੈਕਗਰਾਉਂਡ ਕ੍ਰਿਕਟ ਦਾ ਜੀ ਤੇ ਕ੍ਰਿਕਟ ਤੁਸੀਂ ਕਿੱਦਾਂ ਕਿੱਦਾਂ ਰਿਪਰੈਜ਼ੈਂਟ ਕੀਤਾ ਇੰਡੀਆ ਲਈ ਖੇਡੇ ਪੰਜਾਬ ਲਈ ਖੇਡੇ ਮੈਂ ਕ੍ਰਿਕਟ 'ਚ ਇੰਡੀਆ ਲਈ ਅੰਡਰ 19 ਰਿਪਰੈਜ਼ੈਂਟ ਕੀਤਾ ਇੰਡੀਆ ਨੂੰ ਪੰਜਾਬ ਤੋਂ ਰਣਜੀ ਟਰੋਫੀ ਖੇਡਿਆ ਮੈਂ ਬਾਕੀ ਅੰਡਰ 17 ਅੰਡਰ 19 ਸਾਰਾ ਕੁਝ ਅੰਡਰ 17 ਇੰਡੀਆ ਖੇਡਿਆ ਬਾਕੀ ਸਾਰਾ ਕੁਝ ਜਿਹੜੇ ਇੰਡੀਆ ਲਈ ਤੁਸੀਂ ਖੇਡ ਰਹੇ ਹੋ ਤੇ ਇੱਕ ਥੋੜੀ ਫਿਲਮ ਵੀ ਆ ਰਹੀ ਹੈ ਹਾਂਜੀ ਅਪਕਮਿੰਗ ਥੋੜਾ ਜਿਹਾ ਟਾਈਮ ਹੈ ਹਜੇ ਆਉਣ 'ਚ ਪਰ ਫਿਰ ਵੀ ਅਗਰ ਥੋੜਾ ਜਿਹਾ ਦੱਸ ਸਕੋ ਆਪਣੇ ਰੋਲ ਬਾਰੇ ਨਹੀਂ ਉਹ ਰੋਲ ਬਾਰੇ ਨਹੀਂ ਗੱਲ ਕਰੂੰਗਾ ਕਿਉਂਕਿ ਉਹ ਅਸੀਂ ਇੰਨੇ ਚਿਰ ਤੋਂ ਐਕਸਾਈਟਮੈਂਟ ਇੱਕ ਲਾਈਨ 'ਚ ਬਸ ਇੱਕ ਦੱਸ ਬਸ ਮੈਂ ਮਦਨ ਲਾਲ ਜੀ ਦਾ ਕਰੈਕਟਰ ਪਲੇ ਕਰ ਰਹੇ ਆਲਰਾਊਂਡਰ ਜਿਹੜੇ ਨੇ ਤੇ ਇਟਸ ਦ ਫਿਲਮ ਇਜ਼ ਰਿਲੀਜ਼ਿੰਗ ਬਸ ਇੰਨਾ ਕੀ ਤਾਂ ਕਿ ਤੁਸੀਂ ਫਿਲਮ ਦੇਖੋ ਤਾਂ ਜ਼ਿਆਦਾ ਵਧੀਆ ਅੱਛਾ ਠੀਕ ਹੈ ਚਲੋ ਆਪਾਂ ਐਕਟਿੰਗ ਬਾਰੇ ਕਰਦੇ ਸਿੰਗਿੰਗ ਬਾਰੇ ਹੁਣ ਗੱਲ ਕਰਦੇ ਹਾਂ ਅਤੇ ਦੱਸੋ ਹਜੇ ਪੰਜਾਬੀ ਫੈਨਸ ਵੀ ਹੁਣ ਕਾਫੀ ਟਾਈਮ ਤੋਂ ਪੈਂਡੈਮਿਕ ਕਰਕੇ ਮਾਹੌਲ ਇੱਦਾਂ ਦਾ ਸੀਗਾ ਕਿ ਜ਼ਿਆਦਾ ਨਾ ਫਿਲਮਸ ਆ ਰਹੀਆਂ ਸੀ ਨਾ ਐਲਬਮਸ ਆ ਰਹੀਆਂ ਸੀ ਅਤੇ ਹੁਣ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕਿੱਦਾਂ ਦੇ ਨੇ ਅਸੀਂ ਪੈਂਡਮਿਕ ਨੇ ਸਾਰਿਆਂ ਨੂੰ ਇਫੈਕਟ ਕੀਤਾ ਮੈਂ ਗਾਣੇ ਅਸੀਂ ਬਹੁਤ ਬਣਾਏ ਸੀਗੇ ਬਟ ਵੀ ਕੁਡਨਟ ਸ਼ੂਟ ਨਹੀਂ ਕਰ ਸਕਦੇ ਕਿਉਂਕਿ ਗਾਣੇ ਦਾ ਜਿੱਦਾਂ ਦਾ ਕੋਨਸੈਪਟ ਸੀਗਾ ਕਿਤੇ ਲੋਕੇਸ਼ਨਸ ਕਿਤੇ ਬਾਹਰ ਜਾ ਕੇ ਸ਼ੂਟ ਕਰਨਾ ਜਾਂ ਕੋਈ ਇੱਦਾਂ ਦੀ ਲੋਕੇਸ਼ਨਸ ਤਾਂ ਉਦੋਂ ਸ਼ੂਟ ਨਹੀਂ ਕਰ ਸਕਦੇ ਹੁਣ ਅਸੀਂ ਸ਼ੂਟ ਕਰਕੇ ਆਏ ਅਸੀਂ ਰਸ਼ੀਆ ਤੋਂ ਆਏ ਅਤੇ ਨਵਾਂ ਨਿਊ ਸੌਂਗ ਇਜ਼ ਰਿਲੀਜ਼ਿੰਗ 30 ਤਰੀਕ ਨੂੰ ਰਿਲੀਜ਼ ਹੋ ਰਿਹਾ 30th October ਹਾਂਜੀ ਅਤੇ ਐਜ਼ ਐਨ ਆਰਟਿਸਟ ਤੁਹਾਡੇ 'ਤੇ ਕਿੱਦਾਂ ਦਾ ਇੰਪੈਕਟ ਹੋਇਆ ਹੈ ਜਿਹੜਾ 1.5 ਸਾਲ ਪੈਂਡੈਮਿਕ ਦਾ ਖਤਮ ਨਹੀਂ ਹੋ ਜਾਇਆ ਹਜੇ ਵੀ ਹੋਇਆ ਟੂ ਬੀ ਵੈਰੀ ਓਨੈਸਟ ਐਜ਼ ਐਨ ਆਰਟਿਸਟ ਮੈਨੂੰ ਜੇ ਤੁਸੀਂ ਕੰਮ ਵੱਲੋਂ ਕਰੋ ਤਾਂ ਉਹ ਸਾਰਿਆਂ ਨੂੰ ਇਫੈਕਟ ਪਿਆ ਕਿਉਂਕਿ ਕੰਮ ਘੱਟ ਸੀਗਾ ਪਰ ਫਿਰ ਵੀ ਕਾਫੀ ਵਧੀਆ ਸੀ ਮੈਂ ਆਈ ਆਲਵੇਜ਼ ਥੈਂਕਫੁਲ ਗ੍ਰੇਟਫੁਲ ਪਰ ਐਜ਼ ਅ ਪਰਸਨ ਬਹੁਤ ਫਰਕ ਪਿਆ ਯੂ ਗੈਟ ਟੂ ਨੋ ਹਾਓ ਪੈਂਡਮਿਕ ਕੈਨ ਕਿਵੇਂ ਚੇਂਜ ਕੀਤੀ ਹੈ ਲਾਈਫ ਸਾਰਿਆਂ ਦੀ ਵੀ ਡੋਂਟ ਨੋ ਹਾਓ ਕਿੰਨਾ ਲੰਬਾ ਆਪਾਂ ਇੱਥੇ ਹੈਗੇ ਹਾਂ ਕਿੰਨਾ ਸੋ ਵੀ ਸ਼ੁੱਡ ਜਸਟ ਆਪਾਂ ਨੂੰ ਲਾਈਫ ਜਿਉਣੀ ਚਾਹੀਦੀ ਹੈ ਮੈਂ ਤਾਂ ਇੰਨਾ ਹੀ ਸੋਚਿਆ ਅਤੇ ਮੈਂ ਹੁਣ ਉਹੀ ਕਰ ਰਿਹਾ ਸੀ ਅਤੇ ਅਜੇ ਵਰਲਡ ਕੱਪ ਵੀ ਚੱਲ ਰਿਹਾ ਕ੍ਰਿਕਟ ਵਰਲਡ ਕੱਪ ਤੁਸੀਂ ਤਾਂ ਆਪ ਕ੍ਰਿਕਟਰ ਰਹੇ ਹੋ ਅਤੇ ਇੰਡੀਆ ਪਾਕਿਸਤਾਨ ਦਾ ਮੈਚ ਜਿਹਨੂੰ ਕਹਿੰਦੇ ਨਾ ਸਭ ਤੋਂ ਬੜਾ ਮਹਾ ਮੈਚ ਜਿਹਨੂੰ ਕਿਹਾ ਜਾਂਦਾ ਅਤੇ ਤੁਹਾਡਾ ਆਪਣਾ ਕੀ ਉਹਦਾ ਐਨਾਲਿਸਿਸ ਹੈ ਮੈਂ ਤਾਂ ਟਿਕਟਸ ਸਾਰੀਆਂ ਬੁੱਕ ਕਰਾ ਕੇ ਜਾ ਕੇ ਦੇਖਣਾ ਸੀਗਾ ਮੈਚ ਮੈਂ ਫੋਰ ਸਮ ਰੀਜ਼ਨ ਮੈਨੂੰ ਜਾ ਨਹੀਂ ਸਕ ਰਿਹਾ ਬਟ ਇੱਥੇ ਦੇਖਾਂਗੇ ਸਭ ਨੂੰ ਵੱਡਾ ਮੈਚ ਹੁੰਦਾ ਪੂਰੇ ਹੁਣ ਤੱਕ ਸਾਰੇ ਵਰਲਡ ਕੱਪਸ ਦਾ ਆਪਣੇ ਲਈ ਤਾਂ ਸਾਰਿਆਂ ਨੂੰ ਇੰਡੀਆ ਪਾਕਿਸਤਾਨ ਸਭ ਨੂੰ ਵੱਡਾ ਮੈਚ ਹੁੰਦਾ ਲੁਕਿੰਗ ਫੋਰਵਰਡ ਦੇਖਦੇ ਹਾਂ ਅਤੇ ਓਵਰਆਲ ਇੰਡੀਆ ਨੇ ਮੇਰੇ ਖਿਆਲ 2007 'ਚ ਆਖਰੀ ਵਾਰ ਜਿੱਤਿਆ ਸੀ ਹਾਂਜੀ ਉਸ ਤੋਂ ਬਾਅਦ ਹਜੇ ਨਹੀਂ ਮਿਲਿਆ ਅਤੇ ਇੰਡੀਆ ਦੇ ਚਾਂਸਿਸ ਨੂੰ ਕਿੱਦਾਂ ਦੇਖ ਰਹੇ ਹੋ ਮੈਨੂੰ ਐਂ ਲੱਗਦਾ ਕਿ ਇੰਡੀਆ ਟੀਮ ਇਸ ਟਾਈਮ ਬਹੁਤ ਸਟਰੋਂਗ ਆ ਅਤੇ ਸਪੈਸ਼ਲੀ MS ਧੋਨੀ ਨਾਲ ਟੀਮ ਦੇ ਮੈਂਟੋਰ ਨੇ ਅਤੇ ਮੈਨੂੰ ਲੱਗਦਾ ਕਿ ਪੂਰੀ ਟੀਮ ਇਸ ਟਾਈਮ ਬਹੁਤ ਸਟਰੋਂਗ ਆ ਅਤੇ ਹੀ ਵਿਲ ਆਲਸੋ ਹੈਲਪ ਦੇਖਦੇ ਹਾਂ ਆਈ ਐਮ ਵੈਰੀ ਮੱਚ ਸ਼ੋਰ ਕਿ ਐਤਕੀ ਇੰਡੀਆ ਨੂੰ ਜਿੱਤਣਾ ਚਾਹੀਦਾ ਲੈਟਸ ਸੀ ਤੁਸੀਂ ਤਾਂ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਹੁਣ ਤੁਸੀਂ ਹਿੰਦੀ ਫਿਲਮਸ ਵੀ ਆਡੀਅੰਸਿਸ ਨੂੰ ਵੇਟ ਹੈ ਕਿ ਦੇਖਣਗੇ ਅਤੇ ਇਹ ਕਿੰਨਾ ਕੁ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਔਰ ਕਿਆ ਤੁਹਾਨੂੰ ਇੱਕੋ ਹੀ ਜਰਨੀ 'ਚ ਮੁਸ਼ਕਲ ਆਈ ਜਾਂ ਇਟ ਵਾਸ ਲਾਈਕ ਈਜ਼ੀ ਫੋਰ ਯੂ ਕਿ ਪੰਜਾਬੀ ਫਿਲਮਾਂ 'ਚ ਨੋਟਿਸ ਕੀਤਾ ਅਤੇ ਫਿਰ ਮਿਲ ਗਏ ਰੋਲ ਹਿੰਦੀ ਫਿਲਮ ਦੀ ਗੱਲ ਕਰ ਰਹੇ ਹਾਂਜੀ ਹਿੰਦੀ ਫਿਲਮ ਇਟ ਵਾਸ ਵੈਰੀ ਈਜ਼ੀ ਮੇਰੇ ਲਈ ਤਾਂ ਬਹੁਤ ਈਜ਼ੀ ਸੀ ਕਿਉਂ ਈਜ਼ੀ ਕਿਉਂ ਸੀਗਾ ਕੈਰੈਕਟਰ ਨਹੀਂ ਈਜ਼ੀ ਸੀ ਪਰ ਓਵਰਆਲ ਫਿਲਮ ਈਜ਼ੀ ਸੀ ਬਿਕੋਜ਼ ਮੈਂ ਆਲਰੇਡੀ ਕ੍ਰਿਕਟਰ ਸੀ ਅਤੇ ਮੈਂ ਕ੍ਰਿਕਟਰ ਹੀ ਪਲੇ ਕਰਨਾ ਮੈਂ 10 ਸਾਲ ਜਿਹੜੀ ਚੀਜ਼ ਕੀਤੀ ਹੈ ਮੈਂ ਉਹੀ ਰੋਲ ਪਲੇ ਕਰਨਾ ਉਸ ਹਿਸਾਬ ਨਾਲ ਈਜ਼ੀ ਸੀਗਾ ਮੈਂ ਤਾਂ ਸਿੱਖਿਆ ਬਹੁਤ ਕੁਛ ਆ ਕੈਮਰਾ ਮਿਊਜ਼ਿਕ ਵੀਡੀਓਜ਼ 'ਚ ਤੁਸੀਂ ਵਿਦਆਊਟ ਡਾਇਲੋਗਸ ਗੱਲ ਕਰਦੇ ਹੋ ਮਤਲਬ ਸਿਰਫ ਜਸਟ ਤੁਸੀਂ ਆਪਣੇ ਇੰਪਰੈਸ਼ਨਸ ਨਾਲ ਐਕਸਪ੍ਰੈਸ਼ਨਸ ਨਾਲ ਖੇਡਣਾ ਹੁੰਦਾ ਅਤੇ ਇਹਦੇ ਵਿੱਚ ਤੁਸੀਂ ਡਾਇਲੋਗ ਡਿਲੀਵਰੀ ਐਂਡ ਐਵਰੀਥਿੰਗ ਈਚ ਐਂਡ ਐਵਰੀਥਿੰਗ ਸਿੱਖਿਆ ਬਹੁਤ ਆ ਇਟ ਹੈਜ਼ ਹੈਲਪਡ ਮੀ ਟੂ ਅੱਗੇ ਫੋਰ ਫਰਦਰ ਫਿਊਚਰ ਸਿੰਗਿੰਗ ਅਤੇ ਸਪੋਰਟਸ ਦੋ ਵੈਸੇ ਤਾਂ ਅਲੱਗ ਅਲੱਗ ਚੀਜ਼ਾਂ ਤੁਸੀਂ ਦੋਨਾਂ 'ਚ ਹੀ ਆਪਣਾ ਹੱਥ ਅਜ਼ਮਾਇਆ ਮੈਨੂੰ ਇੱਕ ਗੱਲ ਦੱਸੋ ਕਿ ਕੋਈ ਇੱਕ ਗੱਲ ਜਿਹੜੀ ਤੁਸੀਂ ਸਪੋਰਟਸ ਤੋਂ ਸਿੱਖੀ ਅਤੇ ਤੁਸੀਂ ਉਹਨੂੰ ਲੱਗਦਾ ਮੇਰੀ ਸਿੰਗਿੰਗ 'ਚ ਬੜੀ ਕੰਮ ਆਈ ਨੈਵਰ ਬੈਕ ਡਾਊਨ ਐਟੀਟਿਊਡ ਕਦੇ ਤੁਸੀਂ ਹਾਰ ਨਹੀਂ ਮੰਨਣੀ ਕਿਸੇ ਚੀਜ਼ ਤੋਂ ਕੰਪੈਟੀਟਿਵ ਸਪੋਰਟ ਆ ਕ੍ਰਿਕਟ ਕੰਪੈਟੀਟਿਵ ਸਪੋਰਟ ਆ ਅਤੇ ਅਸੀਂ ਲੜਕੇ ਹੀ ਖੇਡਿਆ ਮੈਂ ਜਿੰਨਾ ਚਿਰ ਖੇਡਿਆ ਪੂਰੀ ਜਾਨ ਮਾਰ ਕੇ ਖੇਡਿਆ ਅਤੇ ਉਹੀ ਚੀਜ਼ ਆ ਕਿ ਮੈਂ ਹੁਣ ਗਿਵ ਅਪ ਨਹੀਂ ਕਰਦਾ ਛੇਤੀ
ਉਹ ਚੀਜ਼ ਹੈਲਪ ਕਰਦੀ ਹੈ ਬਹੁਤ, ਡਿਸਿਪਲਿਨ ਤੁਹਾਡਾ ਬਹੁਤ ਕੰਮ ਕਰਦਾ, ਕਿਉਂਕਿ ਸਵੇਰੇ ਉੱਠਣਾ, 7 ਵਜੇ ਗਰਾਊਂਡ ਹੋਣਾ, 6 ਵਜੇ ਗਰਾਊਂਡ ਹੋਣਾ, ਉਹ ਤੁਹਾਨੂੰ ਡਿਸਿਪਲਿਨ ਕਰ ਦਿੰਦੇ ਆ, ਅਤੇ ਆਰਮੀ ਟਾਈਪ ਟ੍ਰੇਨਿੰਗ ਹੁੰਦੀ ਆ ਉਹ ਵੀ ਕ੍ਰਿਕਟ ਵੀ ਐਨੀ ਸਪੋਰਟਸ ਜੀ। ਅਤੇ ਪੰਜਾਬੀ ਫਿਲਮਾਂ 'ਚ ਜਿਹੜਾ ਐਕਸਪੀਰੀਅੰਸ ਹੈ ਜਾਂ ਮਿਊਜ਼ਿਕ ਵੀਡੀਓ 'ਤੇ, ਅਤੇ ਜਦੋਂ ਬੋਂਬੇ ਵੱਡੀ ਇੰਡਸਟਰੀ ਹੈ ਮੁੰਬਈ, ਹਾਂਜੀ, ਅਤੇ ਉਹਨਾਂ 'ਚ ਤੁਸੀਂ ਕੀ ਫਰਕ, ਕੀ ਤੁਹਾਨੂੰ ਕੁਛ ਫਰਕ ਆਉਂਦਾ ਨਜ਼ਰ ਆਇਆ? ਮੈਨੂੰ ਬਾਹਲਾ, ਮੈਂ ਨੋਟਿਸ ਸੱਚੀ ਦੱਸਾਂ ਤਾਂ ਮੈਂ ਕਰਦਾ ਨਹੀਂ ਹਾਂ, ਮੈਂ ਆਪਣਾ ਜਾ ਕੇ ਕੰਮ ਕਰਦਾ ਅਤੇ ਕੰਮ ਕਰਕੇ ਮੁੜਿਆ ਹੁੰਦਾ, ਬੰਦੇ ਸਾਰਿਆਂ ਨੂੰ ਮੈਂ ਮਿਲਦਾ, ਸਾਰਿਆਂ ਨਾਲ ਖੁਸ਼ੀ ਖੁਸ਼ੀ ਮਿਲਦਾ, ਮੈਂ ਬਾਹਲਾ ਇਹਨਾਂ ਚੀਜ਼ਾਂ 'ਚ ਪੈਂਦਾ ਨਹੀਂ, ਮੈਂ ਸਿੱਧਾ ਗਿਆ ਕੰਮ ਕੀਤਾ। ਇਹਦੇ ਵਿੱਚ ਤਾਂ ਬਸ ਰਣਵੀਰ ਦੇ ਨਾਲ ਕੰਮ ਕੀਤਾ? ਹਾਂਜੀ ਹਾਂਜੀ, ਰਣਵੀਰ ਹੈ, ਦੀਪਿਕਾ ਹੈ, ਬਾਕੀ ਹੋਰ ਐਮੀ ਹੈ, ਸਾਕਿਬ ਸਲੀਮ ਹੈ, ਜੀ ਬਹੁਤ ਬਹੁਤ ਲੋਕ। ਅਤੇ ਮਿਊਜ਼ਿਕ 'ਚ ਤੁਹਾਡੇ ਆਪਣੇ ਜਿਹਨੂੰ ਕਹਿੰਦੇ ਨਾ ਇੰਸਪੀਰੇਸ਼ਨ ਜਾਂ ਇਨਫਲੂਐਂਸ ਜਿਹਨੂੰ ਕਹਿ ਸਕਦੇ ਹੋ, ਕਿ ਕੌਣ ਕੌਣ ਲੋਕ ਰਹੇ ਨੇ? ਮੈਂ ਸ਼ੁਰੂ ਤੋਂ ਜੋ ਛੋਟਾ ਹੁੰਦਾ ਸੀ, ਮੇਰੇ ਨਾ ਭੂਆ ਜੀ ਹੁਣੀ ਰਹਿੰਦੇ ਜਲੰਧਰ, ਮੈਂ ਪਟਿਆਲੇ ਤੋਂ ਹਾਂ, ਜਲੰਧਰ ਅੰਮ੍ਰਿਤਸਰ, ਅਤੇ ਅਸੀਂ ਨਾ ਹਰ ਛੁੱਟੀਆਂ 'ਚ ਜਾਣਾ, ਅਤੇ ਉਦੋਂ ਕੈਸਟਾਂ ਚੱਲਦੀਆਂ ਹੁੰਦੀਆਂ ਸੀ, ਅਤੇ ਉਹ ਕੈਸਟਾਂ ਉਦੋਂ ਹਰਭਜਨ ਮਾਨ ਜੀ, ਗੁਰਦਾਸ ਮਾਨ ਜੀ, ਸਰਦੂਲ ਸਿਕੰਦਰ ਜੀ, ਇਹ ਸਾਰਿਆਂ ਨੂੰ, ਮਾਸਟਰ ਸਲੀਮ ਜੀ, ਸਾਬਰਕੋਟੀ ਸਾਹਿਬ, ਸਾਰਿਆਂ ਨੂੰ ਸੁਣਿਆ, ਨੁਸਰਤ ਸਾਹਿਬ ਨੂੰ, ਸਾਰਿਆਂ ਨੂੰ ਸੁਣਿਆ ਜੀ, ਹੰਸਰਾਜ ਹੰਸ। ਬਿਲਕੁਲ ਆਖਰੀ ਸਵਾਲ ਅਗਰ ਤੁਸੀਂ ਦੱਸਣਾ ਚਾਹੋ, ਆਪਾਂ ਜਿੱਥੇ ਬੈਠੇ ਹਾਂ ਉਸ ਤੋਂ ਕੁਝ ਕਿਲੋਮੀਟਰ ਦੂਰ ਹੀ ਕਾਫੀ ਆਲਮੋਸਟ 1 ਸਾਲ ਤੋਂ ਇੱਥੇ ਕਿਸਾਨ ਬੈਠੇ ਆ ਆਪਣੇ ਮੰਗਾਂ ਨੂੰ ਲੈ ਕੇ, ਔਰ ਹਜੇ ਤੁਸੀਂ ਕੁਝ ਮਸਲਾ ਹੱਲ ਤਾਂ ਹੋਇਆ ਨਹੀਂ, ਤਾਂ ਤੁਹਾਡਾ ਕੀ ਇੱਕ ਸਟੈਂਡ ਹੈ ਇਸ ਇਸ਼ੂ 'ਤੇ? ਮੈਂ ਖੁਦ ਫਾਰਮਰ ਫੈਮਿਲੀ ਤੋਂ ਬਿਲੋਂਗ ਕਰਦਾ, ਮੈਨੂੰ ਐਂ ਲੱਗਦਾ ਕਿ ਜਿਹੜਾ ਬਹੁਤ ਟਾਈਮ ਹੋ ਗਿਆ ਹੁਣ ਸਾਰਿਆਂ ਨੂੰ, ਮਤਲਬ ਕਿਸੇ ਇੱਕ ਲੈਵਲ 'ਤੇ ਆ ਕੇ ਸਾਰਾ ਕੁਝ ਸੋਲਵ ਹੋ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਬਹੁਤ ਚਿਰ ਹੋ ਗਿਆ ਬੈਠੇ ਨੂੰ, ਈਵਨ ਮੇਰੇ ਡੈਡ 2 ਵਾਰ ਜਾ ਚੁੱਕੇ ਨੇ ਉੱਥੇ, 2-3 ਵਾਰ ਜਾ ਕੇ ਪ੍ਰੋਟੈਸਟ 'ਤੇ ਜਾ, ਆਈ ਫੀਲ ਹੁਣ ਮਤਲਬ ਇਹਦਾ ਮਸਲਾ ਹੋਣਾ ਚਾਹੀਦਾ, ਖਤਮ ਹੋਣਾ ਚਾਹੀਦਾ। ਥੈਂਕ ਯੂ ਬਹੁਤ ਬਹੁਤ, ਤੁਸੀਂ ਕਾਫੀ ਸਾਰੇ ਅਲੱਗ ਅਲੱਗ ਇਸ਼ੂਜ਼ 'ਤੇ ਤੁਹਾਡੇ ਨਾਲ ਗੱਲ ਕੀਤੀ, ਥੈਂਕ ਯੂ ਸੋ ਮਚ ਫੋਰ ਯੋਰ ਟਾਈਮ। ਥੈਂਕ ਯੂ ਥੈਂਕ ਯੂ।